हाँ जी, है जी क्रिप्टो पंक, एदी फिटिंग चेक करो। ठीक है जी, बिस्मिल्लाह रहमान रहीम, अस्सलाम वालेकुम। आज साढ़े को दूसरा पार्सल आ गया जी, मेड इन पाकिस्तान, यूनिसेक्स बॉय गर्ल्स टी-शर्ट्स। एदी अनबॉक्सिंग हो रही है, बिस्मिल्लाह रहमान रहीम। ਇਹ ਜੀ ਪਾਰਸਲ ਆਇਆ ਜੀ ਫੈਸਲਾਬਾਦ ਤੋਂ, ਸਕਾਈਨੈਟ ਵਰਲਡ ਵਾਈਡ ਐਕਸਪ੍ਰੈਸ ਇਹ ਕੁਰੀਅਰ ਕੰਪਨੀ ਹੈ ਅਤੇ ਉਹਨਾਂ ਦੇ ਥਰੂ ਸਾਨੂੰ ਆਇਆ ਵਾ, ਅਤੇ ਬੋਕਸ ਦਾ ਵੇਟ ਹੈ ਜੀ 11 kg। ਅਤੇ ਫੁੱਲ ਡਿਸਕ੍ਰਿਪਸ਼ਨ ਉਹਨਾਂ ਨੇ ਲਿਖੀ ਆ, ਮੈਨਸ਼ਨ ਕੀਤਾ ਕਿ ਇਹਦੇ ਵਿੱਚ ਹੈ ਕੀ ਹੈ। ਇਹਦੇ 'ਚ ਉਹਨਾਂ ਨੇ ਮੈਨਸ਼ਨ ਕੀਤਾ ਕਿ ਜੀ 6C ਬੋਆਇਜ਼ ਟੀ ਸ਼ਰਟ। ਠੀਕ ਹੋ ਗਿਆ, ਇਹ ਉਹਦੇ 'ਤੇ ਸੀਤਾ ਲੱਗੀ ਹੈ। ਬਿਸਮਿਲ੍ਲਾ ਕਰਕੇ ਕੱਢਦੇ ਹਾਂ ਜੀ। ਸਾਡੇ ਕੋਲ ਪਹਿਲਾ ਸੈਂਪਲ ਆਇਆ, ਇਹ ਜੀ ਪੈਕਿੰਗ ਹੈ। ਇਹ ਡਿਜ਼ਾਇਨ ਕੀਤਾ ਜੀ ਖੁਦ, ਇਸ ਡਿਜ਼ਾਇਨ ਦਾ ਨਾਂ ਰੱਖਿਆ ਜੀ ਕ੍ਰਿਪਟੋ ਪੰਕ, ਜਿਹੜਾ ਕਿ ਹੀਟ ਟ੍ਰਾਂਸਫਰ ਪ੍ਰੋਪਰ ਹਾਈ ਕੁਆਲਿਟੀ ਪਰਸਨਲ ਕਸਟਮਾਈਜ਼ ਕਰਵਾਇਆ ਗਿਆ ਇਹਨੂੰ। ਔਰ ਇਹਦੀ ਕੁਆਲਿਟੀ ਜਿਹੜੀ ਹੈ ਉਹ ਤੁਸੀਂ ਚੈੱਕ ਕਰੋ ਕਿ ਵਨ ਆਫ ਦ ਟੋਪ। ਐ ਲਓ ਜੀ, ਨਾਈਸ ਐਂਡ ਬਿਊਟੀਫੁਲ ਹੈ। ਇਹ DPI ਬ੍ਰਾਂਡ ਹੈ ਜੀ, ਡਿਜ਼ਾਈਨ ਪਲੇਸ ਇੰਟਰਨੈਸ਼ਨਲ, ਇਹ ਬ੍ਰਾਂਡ ਦਾ ਨਾਮ ਹੈ ਸਾਡੇ। ਅਤੇ ਇਹਦੇ 'ਤੇ ਜਿਹੜਾ ਟੈਗ ਲਗਵਾਇਆ, 100% ਕੋਟਨ, ਮੇਡ ਇਨ ਪਾਕਿਸਤਾਨ। ਅਸੀਂ ਹੁਣ ਕਿਸੇ ਦਾ ਨਾਂ ਨਹੀਂ ਵੇਚਣਾ, ਅਸੀਂ ਸਿਰਫ ਪਾਕਿਸਤਾਨ ਦਾ ਨਾਂ ਵੇਚਣਾ। ਖਾਨ ਰਵੇ ਜਾਂ ਜਾਵੇ, ਮਾਲ ਪਾਕਿਸਤਾਨੀ ਵਿਕੇਗਾ ਟਪਾ ਟਪ। ਠੀਕ ਹੋ ਗਿਆ ਜੀ, ਕ੍ਰਿਪਟੋ ਪੰਕ ਤੁਹਾਡੇ ਅੱਗੇ ਆ ਗਿਆ। ਪਰਸਨਲ ਡਿਜ਼ਾਇਨ ਕੀਤਾ ਇਹ, ਅਤੇ ਸਾਡੇ ਭਾਈ ਆ ਪਾਕਿਸਤਾਨ, ਉਹਨਾਂ ਦੀ ਮਿਹਰਬਾਨੀ ਹੈ। ਸ਼ਾਹਦ ਭਾਈ ਨੇ ਕਾਫੀ ਕੋਪਰੇਸ਼ਨ ਕੀਤੀ ਹੈ, ਉਹਨਾਂ ਦੇ ਇੱਕ ਦੋਸਤ ਹੈ ਜਿਹੜੇ, ਉਹਨਾਂ ਨੇ ਫਾਈਨਲਾਈਜ਼ ਕੀਤਾ ਡਿਜ਼ਾਇਨ ਨੂੰ, ਅਤੇ ਬਹੁਤ ਹੀ ਨਾਈਸ ਐਂਡ ਸੈਕਸੀ ਡਿਜ਼ਾਇਨ ਹੈ ਕ੍ਰਿਪਟੋ ਪੰਕ ਦੇ ਨਾਮ ਤੋਂ। ਹੁਣ ਅੱਗੇ ਦੇਖਦੇ ਹਾਂ ਕੀ ਆ ਇਹਦੇ 'ਚ। ਰੇਸ਼ੋ ਆਈ ਹੈ ਜੀ ਸਾਡੇ ਕੋਲ ਸਮੋਲ, ਮੀਡੀਅਮ ਅਤੇ ਲਾਰਜ ਅਤੇ ਐਕਸਟਰਾ ਲਾਰਜ। ਠੀਕ ਹੈ ਜੀ, ਮੇਰਾ ਖਿਆਲ ਹੈ ਸਮੋਲ ਨਹੀਂ ਹੋਣੀ, ਦੇਖਦੇ ਹਾਂ ਫਿਰ ਵੀ। ਸਮੋਲ, ਮੀਡੀਅਮ, ਲਾਰਜ, ਐਕਸਟਰਾ ਲਾਰਜ ਰੇਸ਼ੋ, ਸੋਰੀ। ਠੀਕ ਹੈ, ਫਿਰ ਉਸ ਤੋਂ ਬਾਅਦ ਦੇ ਵਿੱਚ ਜੀ ਸਾਡੇ ਕੋਲ ਇਹ ਜੀ ਸਾਰੀਆਂ ਕ੍ਰਿਪਟੋ ਪੰਕ ਹੈ। ਇੱਕ ਸ਼ਰਟ ਤੁਹਾਨੂੰ ਪਾ ਕੇ ਵੀ ਦਿਖਾਵਾਂਗੇ, ਲਾਰਜ ਟਰਾਈ ਕਰਾਂਗੇ ਐਨੀਵੇ। ਠੀਕ ਹੋ ਗਿਆ, ਇਹਦੇ 'ਚ ਦੋ ਡਿਜ਼ਾਇਨ ਆਏ ਆ। ਮੈਂ ਥੋੜ੍ਹਾ ਜਿਹਾ ਆਪਣਾ ਇਹਦਾ ਸੈਟਅਪ ਦੇਖ ਲਾਂ ਕੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਇਹ ਆ ਗਿਆ ਜੀ ਲਾਰਜ। ਇਹ ਜੀ ਬੋਲਡ ਏਪ ਦੇ ਨਾਮ ਤੋਂ ਅੱਜ ਕੱਲ੍ਹ ਬਹੁਤ ਹੀ ਫੇਮਸ ਇੱਕ NFT ਚੱਲ ਰਹੀ ਹੈ, ਜਿਹਦੀ ਪ੍ਰਾਈਜ਼ ਇਸ ਟਾਈਮ ਚੱਲ ਰਹੀ ਆ 2.something million ਦੇ ਵਿੱਚ। ਅਤੇ ਇਹ ਆਈਡੀਆ ਵੀ ਸਾਡਾ ਹੀ ਆ ਕਿ ਅਸੀਂ NFT ਜਿਹੜੀ ਹੈ ਉਹਨੂੰ ਪ੍ਰਿੰਟ ਆਊਟ ਕਰਾ ਲਿਆ, ਅਤੇ ਇਸ ਟਾਈਮ ਸ਼ਾਇਦ eBay 'ਤੇ ਅਸੀਂ ਫਸਟ ਬੰਦੇ ਹੋਵਾਂਗੇ ਜਿਹੜੇ ਕਿ ਮਾਲ ਵੇਚਾਂਗੇ ਇਨਸ਼ਾਅੱਲਾ ਬਫਜ਼ਲੇ ਖੁਦਾ। ਚੈੱਕ ਕਰੋ ਜ਼ਰਾ ਡਿਜ਼ਾਇਨ, ਕਲਰ ਕੋਂਬੀਨੇਸ਼ਨ ਚੈੱਕ ਕਰੋ, ਪਰਪਲ, ਫਰੋਜ਼ੀ ਅਤੇ ਲਾਈਟ ਯੈਲੋ। ਠੀਕ ਹੈ, ਇਹ ਲਾਰਜ ਸਾਈਜ਼ ਦੇ ਵਿੱਚ ਟੀ ਸ਼ਰਟ ਹੈ ਸਾਡੇ ਕੋਲ, 100% ਕੋਟਨ ਹੈ ਅਤੇ 100% ਮੇਡ ਇਨ ਪਾਕਿਸਤਾਨ ਹੈ। ਇਹਦੇ ਧਾਗੇ ਤੋਂ ਲੈ ਕੇ ਅਤੇ ਫਿਨਿਸ਼ਿੰਗ ਤੱਕ ਹਰ ਚੀਜ਼ ਜਿਹੜੀ ਆ ਉਹ ਪਾਕਿਸਤਾਨ ਫੈਸਲਾਬਾਦ ਸਿਟੀ 'ਚ ਹੋਈ ਆ। ਅਗਰ ਕੋਈ ਦੋਸਤ ਇੰਟਰਸਟਿਡ ਹੈ ਆਪਣੇ ਕੋਲ ਕਸਟਮਾਈਜ਼
ਪ੍ਰੋਡਕਟ ਬਣਵਾਉਣ ਲਈ ਟੀ ਸ਼ਰਟ ਹੈ ਕੋਈ ਹੁੱਡੀਜ਼ ਹੈ ਅਸੀਂ ਪ੍ਰਿੰਟ ਆਊਟ ਵੀ ਕਰਵਾ ਕੇ ਦਿਆਂਗੇ ਇਨਸ਼ਾਅੱਲਾ ਅਤੇ ਉਹਦੀ ਸਾਰੀ ਫਿਨਿਸ਼ਿੰਗ ਵਗੈਰਾ A1 ਕੁਆਲਿਟੀ ਜਿਹੜੀ ਹੈ ਉਹ ਪ੍ਰੋਵਾਈਡ ਕਰਾਂਗੇ ਇਹ 100% ਕੋਟਨ ਹੈ ਇਹ ਟੈਗ ਲੱਗਾ ਵਾ ਤੁਸੀਂ ਆਪਣਾ ਬ੍ਰੈਂਡ ਦਾ ਨਾਮ ਟੈਗ ਜੋ ਕੁਛ ਵੀ ਤੁਹਾਨੂੰ ਚਾਹੀਦਾ ਵਾ ਉਹ ਲਵਾ ਸਕਦੇ ਹੋ ਅਸੀਂ ਸਾਰਾ ਕੁਛ ਤੁਹਾਨੂੰ ਪ੍ਰਿੰਟ ਆਊਟ ਕਰਵਾ ਕੇ ਦਿਆਂਗੇ ਇਨ ਫਿਊਚਰ ਅਗਰ ਕਿਸੇ ਦਾ ਦਿਲ ਕਰਦਾ ਦੋਸਤ ਦਾ ਤਾਂ ਲਓ ਜੀ ਇਹ ਸਾਰੀ ਅੱਜ ਦੀ ਕਹਾਣੀ ਆ ਇਹ ਐਕਸਪੈਰੀਮੈਂਟ ਕਰਨ ਵਾਸਤੇ ਮੰਗਵਾਇਆ ਵਾ ਮਾਲ 60 ਪੀਸ ਸਾਡੇ ਕੋਲ ਆਏ ਆ ਅਲਹਮਦੁਲਿਲਾ ਪਹੁੰਚ ਗਏ ਆ ਹੁਣ ਇਹਨਾਂ ਦੀ ਲਿਸਟਿੰਗ ਕਰਾਂਗੇ ਈਬੇ ਦੇ ਉੱਤੇ ਅਤੇ ਕੁਛ ਵੈਸੇ ਜਿਹੜੇ ਕੁਛ ਸਲਾਮਦੋ ਵਾਲੇ ਦੋਸਤ ਹੈ ਉਹਨਾਂ ਨੂੰ ਦਿਖਾਵਾਂਗੇ ਕਿਸੇ ਨੂੰ ਪਸੰਦ ਆਵੇ ਤਾਂ ਉਹ ਕੰਟੈਕਟ ਕਰੇ ਈਬੇ ਦੀ ਲਿਸਟਿੰਗ ਦਾ ਲਿੰਕ ਜਿਹੜਾ ਉਹ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਮੈਂ ਪੇਸਟ ਕਰ ਦਿਆਂਗਾ ਅਤੇ ਟਰਾਈ ਕਰੋ ਤੁਸੀਂ ਵੀ ਪਾਕਿਸਤਾਨ ਨੂੰ ਕੋਈ ਚੀਜ਼ ਬਣਵਾਓ ਇੱਥੋਂ ਲਵੋ ਜਿਹੜੇ ਲੋਕ ਫੁੱਲ ਟਾਈਮ ਕੰਮ ਕਰਕੇ ਟਾਇਰਡ ਹੋ ਗਏ ਆ ਇੱਕ ਦਿਨ ਦੋ ਦਿਨ ਕੰਮ ਘਟਾ ਲਓ ਆਪਣਾ ਥੋੜ੍ਹਾ ਜਿਹਾ ਬਿਜ਼ਨਸ ਕਰੋ ਛੋਟਾ ਮੋਟਾ ਨਾਲ ਜੋਬ ਵੀ ਕੰਟੀਨਿਊ ਰੱਖੋ ਨਾਲ ਬਿਜ਼ਨਸ ਦਾ ਐਕਸਪੀਰੀਅੰਸ ਵੀ ਕਰੋ ਅਤੇ ਇਨਸ਼ਾਅੱਲਾ ਤੁਹਾਡੇ ਫਿਊਚਰ 'ਚ ਕੰਮ ਆਏਗਾ ਜਿਹੜੇ ਦੋਸਤ ਸਿਰਫ ਬਹਿ ਕੇ ਰੋਂਦੇ ਆ ਕਿ ਜੀ ਆਹ ਹੋ ਗਿਆ ਉਹ ਹੋ ਗਿਆ ਮੇਰਾ ਭਾਈ ਥੋੜ੍ਹੀ ਜਿਹੀ ਕੋਸ਼ਿਸ਼ ਕਰੋ ਅਤੇ ਅੱਲਾਹ ਤਾਲਾ ਜਿਹੜਾ ਉਹ ਤੁਹਾਡੇ ਹਾਲਾਤ ਬਦਲੇਗਾ ਅਸੀਂ ਲੱਗੇ ਹਾਂ ਕੋਸ਼ਿਸ਼ ਕਰਨ ਉਮੀਦਾਂ ਤਾਂ ਦੁਨੀਆ ਵਾਬਸਤਾ ਵਾ ਅਤੇ ਖਾਨ ਸਾਹਿਬ ਵਾਸਤੇ ਵੀ ਦੁਆ ਕਰ ਰਹੇ ਹਾਂ ਕਿ ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਅਤੇ ਪਾਕਿਸਤਾਨ ਦੀ ਜਿਹੜੀ ਹੈ ਇਹ ਬਿਹਤਰੀ ਵਾਸਤੇ ਇਹ ਕੋਸ਼ਿਸ਼ ਕਰਨ ਅੱਗੇ ਆਉਣ ਅਤੇ ਕੁਛ ਹਾਲਾਤ ਲੱਗ ਰਹੇ ਆ ਕਿ ਗੌਰਮੈਂਟ ਜਿਹੜੀ ਆ ਉਹ ਮੀਟਿੰਗਾਂ ਸ਼ੀਟਿੰਗਾਂ ਸ਼ੁਰੂ ਹੋ ਗਈਆਂ ਬਾਜਵਾ ਸਾਹਿਬ ਨੇ ਵੀ ਇਨਵੀਟੇਸ਼ਨ ਭੇਜ ਦਿੱਤਾ ਅਤੇ ਦੇਖੋ ਫਿਊਚਰ ਦੇ ਵਿੱਚ ਕੀ ਹੁੰਦਾ ਖਾਨ ਸਾਹਿਬ ਵਾਪਸ ਆਉਂਦੇ ਆ ਜਾਂ ਕੀ ਆ ਅਤੇ ਦੁਆ ਕਰਦੇ ਹਾਂ ਕਿ ਜੋ ਕੁਛ ਵੀ ਹੋਵੇ ਉਹ ਪਾਕਿਸਤਾਨ ਦੀ ਬਿਹਤਰੀ ਵਾਸਤੇ ਹੋਵੇ ਲੇਕਿਨ ਸਾਨੂੰ ਕਾਫੀਆਂ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ UK ਦੇ ਵਿੱਚ ਉਹਨਾਂ ਗਰੀਬ ਮੁਲਕਾਂ ਦੇ ਲੋਕ ਜਿੱਥੇ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਉਹਨਾਂ ਦਾ ਦਾਰੋ ਮਦਾਰ ਸਿਰਫ ਅਯਾਸ਼ੀ ਦੇ ਉੱਤੇ ਆ ਲੋਕ ਜਾਂਦੇ ਆ ਅਤੇ ਉਹਨਾਂ ਮੁਲਕਾਂ 'ਚ ਅਯਾਸ਼ੀ ਕਰਦੇ ਆ ਉਹਨਾਂ ਦੇ ਮੁਲਕ ਚੱਲਦੇ ਆ ਅਤੇ ਉਹ ਬੰਦੇ ਵੀ ਸਾਨੂੰ ਕੰਮਾਂ ਦੇ ਉੱਤੇ ਰਾਹ ਜਾਂਦੇ ਆ ਪੁੱਛਦੇ ਆ ਕਿ ਤੁਹਾਡੇ ਪਾਕਿਸਤਾਨ ਦੀ ਹਕੂਮਤ ਦੇ ਨਾਲ ਅਮਰੀਕਾ ਕੀ ਕਰ ਰਿਹਾ ਅਤੇ ਗੱਲ ਤਾਂ ਉਹਨਾਂ ਦੀ ਠੀਕ ਹੈ ਉਹ ਕਹਿੰਦਾ ਤੁਹਾਡੇ ਵਾਸਤੇ ਡੁੱਬ ਮਰਨ ਦਾ ਮੁਕਾਮ ਹੈ ਕਿ ਅਮਰੀਕਾ ਜਿਹੜਾ ਉਹ ਤੁਹਾਡੇ ਮੁਲਕ ਦੇ ਫੈਸਲੇ ਕਰ ਰਿਹਾ ਵਾ ਅਤੇ ਤੁਸੀਂ ਸਿਰਫ ਆਵਾਮ ਜਿਹੜੀ ਆ ਉਹ ਖਾਮੋਸ਼ੀ ਦੇ ਨਾਲ ਹੈ ਅਸੀਂ ਉਹਨਾਂ ਨੂੰ ਸਮਝਾਇਆ ਕਿ ਵੀ ਆਵਾਮ ਦੇ ਤਾਂ ਹੱਥ 'ਚ ਕੁਛ ਨਹੀਂ ਅਸੀਂ ਤਾਂ ਵੋਟ ਦਿੱਤਾ ਸੀ MNA MPA ਨੂੰ ਅਤੇ MNA MPA ਆਪਣਾ ਵੋਟ ਵੇਚ ਕੇ 27-28 ਕਰੋੜ ਦਾ ਤਾਂ ਫਾਰਗ ਹੋ ਗਏ ਆ ਇਹ ਸਾਰੀ ਸੂਰਤ ਹਾਲ ਹੈ ਬਹੁਤ ਸਾਰਾ ਖਿਆਲ ਰੱਖੋ ਆਪਣਾ ਬੋਰਡ ਏਪ ਅਤੇ ਕ੍ਰਿਪਟੋ ਪੰਕ ਇਹ ਜੀ ਦੋ ਆਈਟਮਾਂ ਸਾਡੇ ਕੋਲ ਆ ਗਈਆਂ ਬਹੁਤ ਸਾਰਾ ਖਿਆਲ ਰੱਖੋ ਇਨਸ਼ਾਅੱਲਾ ਦੁਆਵਾਂ 'ਚ ਯਾਦ ਰੱਖੋ ਇਹ ਤੁਹਾਨੂੰ ਡਰੈਸਿੰਗ ਕਰਕੇ ਵੀ ਇਹਦੀ ਦਿਖਾਉਂਦੇ ਹਾਂ ਖੁਦਾ ਹਾਫਿਜ਼ ਸਲਾਮ ਅਲੈਕਮ ਲਓ ਜੀ ਇਹ ਕ੍ਰਿਪਟੋ ਪੰਕ ਹੈ ਇਹਦੀ ਫਿਟਿੰਗ ਚੈੱਕ ਕਰੋ ਨਾਈਸ ਸ਼ੋਲਡਰ ਹਰ ਚੀਜ਼ ਨਾਈਸ ਹੈ ਲਓ ਜੀ ਇਹ ਬੋਡੀ ਏਪ ਦੀ ਜਿਹੜੀ ਆ ਫਿਨਿਸ਼ਿੰਗ ਅਤੇ ਬੋਡੀ ਫਿਟਿੰਗ ਚੈੱਕ ਕਰੋ ਲਾਰਜ ਸਾਈਜ਼ ਮੈਂ ਟਰਾਈ ਕੀਤਾ ਇਹ ਸਾਈਡ ਤੋਂ ਵੀ ਚੈੱਕ ਕਰੋ ਆਰਮਸ ਹਰ ਚੀਜ਼ ਇਹ ਪ੍ਰੋਪਰ